ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚੈਨੀਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਅਤੇ ਗੱਲ ਕਰਦੇ ਹਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ, ਜਿੱਥੇ ਆਮ ਲੋਕਾਂ ਲਈ ਖੱਜਲ ਖੁਆਰੀ ਬਣ ਚੁੱਕੀ ਹੈ ਕਿਉਂਕਿ ਭਾਜਪਾ ਦੀ ਸਰਕਾਰ ਸੈਂਟਰ ਸਰਕਾਰ ਲੋਕਾਂ ਦੀ ਸੁਣਦੀ ਨਜ਼ਰ ਨਹੀਂ ਆ ਰਹੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਥੇ ਜਿਹੜੀ ਪੇਡ ਪਾਰਕਿੰਗ ਦੇ ਫੀਸਾਂ ਹੈਰਾਨਜਨਕ ਵਾਧਾ ਕੀਤਾ ਗਿਆ, ਉਸ ਤੋਂ ਬਾਅਦ ਲੋਕਾਂ ਵਿੱਚ ਖੱਜਲ ਖੁਆਰੀ ਹੋਣੀ ਸ਼ੁਰੂ ਹੋ ਗਈ ਹੈ। ਵਾਰ ਵਾਰ ਲੋਕਾਂ ਦੀ ਮੰਗ ਦੇ ਬਾਵਜੂਦ ਵੀ ਨਾ ਭਾਜਪਾ ਦੀ ਕੇਂਦਰ ਸਰਕਾਰ ਨੇ ਸੁਣੀ ਅਤੇ ਨਾ ਹੀ ਰੇਲਵੇ ਵਿਭਾਗ ਨੇ ਸੁਣੀ, ਅਤੇ ਇਸ ਦੇ ਖਿਲਾਫ ਕਾਂਗਰਸ ਵੀ 20 ਦਿਨ ਤੋਂ ਮੈਦਾਨ ਵਿੱਚ ਸੀ, ਸੰਘਰਸ਼ ਕਰ ਰਹੀ ਸੀ ਯੂਥ ਕਾਂਗਰਸ। ਪਰੰਤੂ ਅੱਜ ਕਾਂਗਰਸ ਉਸ ਸਮੇਂ ਔਰ ਸਟਰੋਂਗ ਅਤੇ ਤਿੱਖਾ ਸੰਘਰਸ਼ ਕਰਦੀ ਨਜ਼ਰ ਆਈ ਜਦੋਂ ਯੂਥ ਲੀਡਰ ਮਨੋਜ ਲੋਹਾਣਾ ਨੇ ਅਮਰਕੀ ਅਨਸ਼ਨ ਯਾਨੀ ਕਿ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਭੁੱਖ ਹੜਤਾਲ 20 ਦਿਨਾਂ ਤੋਂ ਚੱਲਦੇ ਸੰਘਰਸ਼ ਦਾ ਗੁੱਸਾ ਵੀ ਮੰਨਿਆ ਜਾ ਰਿਹਾ, ਜਿਸ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ HS ਲੱਕੀ ਅਤੇ ਮਹਿਲਾ ਚੰਡੀਗੜ੍ਹ ਪ੍ਰਧਾਨ ਕਾਂਗਰਸ ਪ੍ਰਧਾਨ ਨੇ ਜਿਹੜੇ ਦੀਪਾ ਦੁਬੇ ਅਤੇ ਮਨੋਜ ਲੋਹਾਣਾ ਨੇ ਕੁਛ ਸਰਕਾਰ ਨੂੰ ਚੇਤਾਵਨੀ ਦਿੰਦੇ ਇਹ ਕਿਹਾ ਕਿ ਇਹ ਮੰਗ ਲੋਕਾਂ ਦੀ ਜਾਇਜ਼ ਹੈ, ਇਹ ਲੋਕਾਂ ਦੀ ਹੀ ਸਰਕਾਰ ਹੋਣ ਦਾ ਜੇ ਦਾਅਵਾ ਕਰਦੀ ਹੈ ਭਾਜਪਾ ਤਾਂ ਉਹਨਾਂ ਦੀ ਸੁਣੇ, ਵਰਨਾ ਸੰਘਰਸ਼ ਹੋਰ ਤਿੱਖਾ ਹੋਵੇਗਾ। 20 ਦਿਨ ਸੇ ਯੁਵਾ ਕਾਂਗਰਸ ਕੇ ਅਧਿਕਸ਼ ਔਰ ਯੁਵਾ ਕਾਂਗਰਸ ਯਹਾਂ ਪੇ ਲੜਾਈ ਲੜ ਰਹੀ ਹੈ ਆਮ ਜਨਤਾ ਕੀ, ਔਰ ਆਜ ਅਨਸ਼ਨ ਮੇਂ ਬੈਠੇ ਜਾ ਰਹੇ ਹੈ ਮਨੋਜ ਲੋਹਾਣਾ ਜੀ, ਤੋ ਇਸਕੇ ਬਾਰੇ ਮੇਂ ਕਿਆ ਕਹਿਣਾ ਚਾਹੇਂਗੇ ਆਪ? देखिए 20 दिन से जिस प्रकार से जानते हैं कि 20 दिन से किस तरीके से यूथ कांग्रेस के अध्यक्ष के अंतर्गत किस तरीके से यूथ कांग्रेस के सारे कार्यकर्ता यहां पे धरना प्रदर्शन कर रहे थे कि जो बढ़ी हुई रेट है ये पार्किंग के उनको ख़त्म किया जाए, बंद किया जाए, समय की अवधि बढ़ाई जाए, लेकिन अभी तक तो इनके सिर पे जूं तक नहीं रहेंगी। उसी के आगे बढ़ाते हुए आज से जो मनोज लोहाणा जी हैं, जो हमारे यूथ के अध्यक्ष चंडीगढ़ के हैं, वो भूख हड़ताल पे अनिश्चितकाल की भूख हड़ताल पे बैठने जा रहे हैं, बैठ गए हैं, और उसका समर्थन सारी कांग्रेस के सारे विंग मेन कांग्रेस सब कर रहे हैं, और ये जनता की आवाज़ को लेके यहाँ पे यूथ कांग्रेस लड़ाई लड़ रही है। उसी के समक्ष मैं आपको ये भी बताना चाहती हूँ कि अगर अभी भी इन भूख हड़ताल से भी इन लोगों को समझ ना आई तब इससे भी कड़ा जो है वो प्रदर्शन और संघर्ष और तरीके का किया जाएगा। आज आप रेलवे स्टेशन में अनशन में बैठने लगे हैं, तो इसमें क्या कहना चाहेंगे आप? कहना चाहेंगे कि आज हमें 20वां दिन है यहाँ बैठे हुए को, और हमारे सीनियर चंडीगढ़ कांग्रेस के प्रेजिडेंट HS लक्की जी और महिला कांग्रेस के प्रेजिडेंट मैम दुबे जी और हमारी सारी सीनियर कांग्रेस और यूथ कांग्रेस महिला कांग्रेस सब ने हमारा बड़ा साथ दिया, और कल हमने सब ने प्लान किया था तो हमारे सीनियर्स ने बोला कि अभी ऐसे नहीं मांगेंगे तो हमें ऐसे स्ट्राइक पे बैठना पड़ेगा, तो मैं आज से ये इंडेफिनेट स्ट्राइक शुरू कर रहा हूँ और जब तक ये हमारी डिमांड नहीं मांगी जाएगी हम ऐसे ही डटेंगे। इसका जो सा प्रोटेस्ट है पिछले 20 दिनों तो साड़ी चंडीगढ़ यूथ कांग्रेस इतने बैठी है, ਵਿੱਚ ਦੋ ਵਾਰੀ ਮੈਂ ਵੀ ਇਸ ਪ੍ਰੋਟੈਸਟ ਵਿੱਚ ਸ਼ਾਮਿਲ ਹੋਇਆ, ਸਾਡੀ ਮਹਿਲਾ ਕਾਂਗਰਸ ਦੇ ਪ੍ਰਧਾਨ ਹੈ ਦੀਪਾ ਦੁਬੇ ਜੀ, ਉਹ ਵੀ ਬੈਠੇ, ਔਰ ਸਾਡੇ ਬਹੁਤ ਹੀ ਜੁਝਾਰੂ ਯੂਥ ਕਾਂਗਰਸ ਦੇ ਪ੍ਰਧਾਨ ਜਿਹੜੇ ਛੋਟੇ ਵੀਰ ਮਨੋਜ ਲੋਹਾਣਾ ਜੀ ਅੱਜ ਇਨਡੈਫੀਨੇਟ ਹੰਗਰ ਸਟ੍ਰਾਈਕ 'ਤੇ ਇੱਥੇ ਬੈਠਣ ਲੱਗੇ ਹਾਂ, ਕਿਉਂਕਿ ਇਹ ਜਿਹੜੀ ਗੂੰਗੀ ਬੈਰੀ ਸਰਕਾਰ ਹੈ ਔਰ ਗੂੰਗੀ ਬੈਰੀ ਰੇਲਵੇ ਅਥਾਰਟੀਜ਼ ਹੈ, ਇਹਨਾਂ ਦੇ ਕੰਨਾਂ 'ਤੇ ਜੂ ਨਹੀਂ ਰਹਿ ਰਹੀ, ਲੋਕਾਂ ਦੀ ਪਰੇਸ਼ਾਨੀ ਇਹਨਾਂ ਨੂੰ ਨਜ਼ਰ ਨਹੀਂ ਆ ਰਹੀ। 6 ਮਿੰਟ ਦਾ ਇੱਥੇ ਪਿਕ ਐਂਡ ਡਰੋਪ ਦਾ ਦਿੱਤਾ ਹੋਇਆ, ਪਿਛਲੇ ਦਿਨ ਇੱਕ ਨਾਮੀ ਅਖਬਾਰ ਨੇ ਆਪਣਾ ਇੱਥੇ ਪੂਰਾ ਉਹਨਾਂ ਨੇ ਇਸ ਨੂੰ ਕੋਸ਼ਿਸ਼ ਕੀਤੀ ਕਿ ਸਾਰਾ ਸਿਸਟਮ ਨੂੰ ਜਾਂਚਿਆ ਜਾਏ, ਅਤੇ 13 ਮਿੰਟ 38 ਸੈਕਿੰਡ ਲੱਗੇ ਉਹਨਾਂ ਨੂੰ ਨੋਰਮਲ ਜਿਸ ਟਾਈਮ ਸ਼ਤਾਬਦੀ ਆਉਂਦੀ ਹੈ। ਅਤੇ ਸਾਡੀ ਮੰਗ ਸ਼ੁਰੂ ਤੋਂ ਹੀ ਹੈ ਕਿ 1/2 ਘੰਟੇ ਦੀ ਵਿੰਡੋ ਜਿਹੜੀ ਦਿੱਤੀ ਜਾਏ, ਇਹਨਾਂ ਨੇ ਲੁੱਟ ਖਸੁੱਟ ਦਾ ਪ੍ਰੋਗਰਾਮ ਬਣਾਇਆ, 50 ਰੁਪਏ 100 ਰੁਪਏ 200 ਰੁਪਏ ਚਾਰਜ ਕਰ ਰਹੇ, ਪਹਿਲਾਂ ਇਹ 1000 ਰੁਪਏ ਸੀ, ਜਦ ਅਸੀਂ ਆਵਾਜ਼ ਚੱਕੀ ਤਾਂ ਇਹਨਾਂ ਨੇ 1000 ਰੁਪਏ ਤੋਂ ਘਟਾ ਕੇ ਉਹਨੂੰ 200 ਰੁਪਏ ਕਰ ਦਿੱਤਾ, ਪਰ 200 ਰੁਪਏ ਵੀ ਬਹੁਤ ਜ਼ਿਆਦਾ ਹੈ ਇੱਕ ਜਗ੍ਹਾ ਦਾ, ਜਦ ਕਿਰਾਇਆ ਹੀ 50-60 ਰੁਪਏ ਹੈ, 200 ਰੁਪਏ ਤੁਸੀਂ ਸਿਰਫ ਕੋਈ ਬੰਦਾ ਗੱਡੀ ਤੋਂ ਛੱਡਣ ਆਇਆ, ਤੁਸੀਂ ਆਪਣਾ ਕੈਮਰਾ ਘੁਮਾ ਕੇ ਦੇਖੋ ਕਿ ਕਿੱਦਾਂ ਲੋਕ ਬਾਹਰ ਆਪਣੀ ਗੱਡੀਆਂ ਤੋਂ ਬੰਦਿਆਂ ਨੂੰ ਲਾ ਕੇ ਜਾਂਦੇ ਆ, 80 ਸਾਲ ਦੇ ਬਜ਼ੁਰਗ, 5-5 ਸਾਲ ਦੇ ਛੋਟੇ ਬੱਚੇ, ਹੈਂਡੀਕੈਪ ਲੋਕ, 25-25, 30-30 ਕਿਲੋ ਦੀ ਟੈਚੀਆਂ ਚੱਕੀ ਹੋਈ ਇੱਕ ਸੀਟ ਦੇ ਹੋਏ ਲੈ ਕੇ ਜਾਂਦੇ ਆ, 1.5-1.5 ਕਿਲੋਮੀਟਰ ਉਹਨਾਂ ਨੂੰ ਪੈਦਲ ਚੱਲਣਾ ਪੈਂਦਾ, ਇਹ ਬਿਲਕੁਲ ਲੁੱਟ ਹੈ, ਅਨਿਆਏ ਹੈ, ਔਰ ਅਸੀਂ ਇਸ ਅਨਿਆਏ ਦੇ ਖਿਲਾਫ਼ ਆਵਾਜ਼ ਚੱਕਦੇ ਰਹਾਂਗੇ ਜਿੰਨੀ ਦੇਰ ਮਰਜ਼ੀ ਸਾਨੂੰ ਇੱਥੇ ਬੈਠਣਾ ਪਏ। ਔਰ ਮੈਂ ਖਾਸ ਤੌਰ 'ਤੇ ਵਿਸ਼ੇਸ਼ ਤੌਰ 'ਤੇ ਅਚਲਾਗਾ ਕਰਾਂ ਚਾਹਾਂਗਾ ਚੰਡੀਗੜ੍ਹ ਯੂਥ ਕਾਂਗਰਸ ਦੀ, ਉਹਨਾਂ ਦੇ ਪ੍ਰਧਾਨ ਮਨੋਜ ਲੋਹਾਣਾ ਜੀ ਦੇ ਨੇ, ਜਿਨ੍ਹਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਕਿ ਅੱਜ ਭੁੱਖ ਹੜਤਾਲ 'ਤੇ ਇੱਥੇ ਬੈਠੇ ਨੇ ਲੋਕ, ਅੱਜ 1 ਘੰਟੇ ਵਾਸਤੇ ਵੀ ਆਪਣਾ ਕੰਮ ਛੱਡ ਕੇ ਨਹੀਂ ਆਉਂਦੇ, ਔਰ ਇਹ ਵੀਰ ਸਾਡਾ ਅਗਲੇ ਲੜਾਈ ਲੜਨ ਵਾਸਤੇ ਤਿਆਰ ਬੈਠਾ। ਸੋ ਕਾਂਗਰਸ ਪਾਰਟੀ, ਯੂਥ ਕਾਂਗਰਸ, ਮਹਿਲਾ ਕਾਂਗਰਸ, ਸਾਰੇ ਕਾਂਗਰਸ ਦੇ ਵਿੰਗ ਜਿਹੜੇ ਆ ਇਸ ਬਰਬਰਤਾ ਦੇ ਖਿਲਾਫ਼ ਆਵਾਜ਼ ਚੱਕਦੇ ਰਹਿਣਗੇ, ਪਹਿਲਾਂ ਵੀ ਚੱਕ ਰਹੇ ਸੀ, ਹੁਣ ਵੀ ਚੱਕ ਰਹੇ ਹਾਂ, ਅਤੇ ਅੱਗੇ ਵੀ ਚੱਕਦੇ ਰਹਾਂਗੇ।